हाँ जी दोस्तों, तुहाडा साडे यूट्यूब चैनल सोनू गोट फार्म विच बहुत बहुत स्वागत है। अज दी वीडियो बड़ी खास होने वाली है, बड़ी इंट्रस्टिंग होने वाली है। स्किप करके अगे लिंकण की कोशिश ना करना, एंड तक जरूर देखियो। अज दी वीडियो दा नाम आ कि जिहड़े वीर नवें फार्म खोल रहे हन उह इह चीज़ विच बड़ा फस जांदे हन, उन्हां नूं ठगी वज जांदी है, ते उह ठगी ना वजे उस लई आपां ने एक वीडियो तैयार की है। जिहड़े जानवर तुसीं स्क्रीन उपर देख रहे हो, तुसीं समझ रहे होवोगे ये पट्ठा हन, बहुत ही कद्दां वार ने। बट मैं तुहानू तुहाडी जानकारी वास्ते दसदा कि इन्हां दा नाम हिजड़ा जां कंजा कहा जांदा, एक तरह के महंत हुंदे हन। इन्हां दी पछाण आ जिहड़ी, ठीक है, ਇਹ ਜਿਹੜਾ ਬਹਿਣ ਦਾ ਤਰੀਕਾ ਇਹਨਾਂ ਦਾ, ਇਹ ਸਿੱਧੇ ਗੋਡੇ ਕਰਕੇ ਬਹਿੰਦੇ ਹੁੰਦੇ ਨੇ। ਬੱਕਰੀਆਂ ਵਾਂਗੂ ਗੋਡੀ ਨਹੀਂ ਮੋੜਦੇ। ਬਾਥਰੂਮ ਕਰਨ ਵੇਲੇ ਇਹਨਾਂ ਦੀ ਜਿਹੜੀ ਸੂਲ ਹੁੰਦੀ ਆ ਉਹ ਉੱਤੇ ਨੂੰ ਹੁੰਦੀ ਆ, ਅਤੇ ਬਾਥਰੂਮ ਵੀ ਤਾਂ ਨੂੰ ਕਰਦੇ ਹੁੰਦੇ ਹਨ। ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵੀਰ ਜੀ, ਅੱਜ ਕੱਲ੍ਹ ਦੇ ਵਪਾਰੀ ਇਹਨਾਂ ਨੂੰ ਪੱਠਾਂ ਦਾ ਨਾਮ ਦੇ ਕੇ ਜਿਹੜੇ ਆ ਲੋਕਾਂ ਨੂੰ ਠੱਗ ਰਹੇ ਹਨ। 40 ਕਹਿੰਦੇ ਹਨ ਇੰਨਾ ਇੰਚ ਕਰ ਗਈ, ਕਿਉਂਕਿ ਇਹਨਾਂ ਦਾ ਕੱਦ ਜਿਹੜਾ ਹੁੰਦਾ ਬਹੁਤ ਹੀ ਉੱਚਾ ਹੁੰਦਾ ਹੈ। ਸੋ ਵੀਰੇ ਇਹ ਵੀਡੀਓ ਜ਼ਰੂਰ ਦੇਖਿਓ, ਕਿਉਂਕਿ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਤਾਂ ਜੋ ਨਵੇਂ ਫਾਰਮਰ ਨੇ ਜਿਹੜੇ ਨਾ ਠੱਗੀ ਤੋਂ ਬਚ ਸਕਣ। ਸੋ ਸਾਡੇ ਫਾਰਮ ਦੇ ਵਿੱਚ ਇਹ ਦੋ ਕੰਜਾਂ ਹਨ, ਅਸੀਂ ਇਹਨੂੰ ਮਹੰਤ ਕਹਿੰਦੇ ਹਾਂ। ਸੋ ਇੱਕ ਗੱਲ ਤੁਹਾਨੂੰ ਹੋਰ ਮੈਂ ਦੱਸਦਾ, ਬੜੀ ਜ਼ਰੂਰੀ ਹੈ ਕਿ ਇਹ ਬੱਕਰੀਆਂ ਦੇ ਵਿੱਚ ਪੈਦਾ ਹੁੰਦੇ ਹਨ। ਸੋ ਇਹਨਾਂ ਨੂੰ ਵੇਚਣਾ ਜਿਹੜਾ ਬਹੁਤ ਹੀ ਵੱਡਾ ਗੁਨਾਹ ਹੈਗਾ, ਵੇਚਣ ਨਾਲੇ ਇਹਨਾਂ ਦੇ ਕਾਰੋਬਾਰ ਆਪਾਂ ਨੂੰ ਬਿਲਕੁਲ ਉਜਾੜ ਕੇ ਰੱਖ ਦਿੰਦੇ ਨੇ। ਸੋ ਮਾਲ ਵਿੱਚ ਬਹੁਤ ਹੀ ਚੰਗਾ ਰਹਿੰਦਾ, ਇਹ ਬੜੀ ਹਾਈਟ ਕੱਢਦੇ ਨੇ, ਬਹੁਤ ਹੀ ਚੰਗੇ ਹੁੰਦੇ ਹਨ, ਬਿਲਕੁਲ ਮਾਰਦੇ ਨਹੀਂ, ਅਤੇ ਨਾ ਹੀ ਇਹ ਸੂੰਦੇ ਨੇ, ਨਾ ਆਪਾਂ ਨੂੰ ਕਿਸੇ ਹੋਰ ਕੰਮ ਦਿੰਦੇ ਨੇ। ਬਿਲਕੁਲ ਮਾਲ ਦੇ ਵਿੱਚ ਰਹਿ ਕੇ ਮਾਲ ਦੀ ਹਮੇਸ਼ਾ ਚੰਗਿਆਈ ਹੀ ਚਾਹੁੰਦੇ ਨੇ। ਸੋ ਮੈਂ ਤੁਹਾਨੂੰ ਦੱਸਦਾ ਵੀਰ ਜੀ, ਇਹੋ ਜਿਹੀਆਂ ਚੀਜ਼ਾਂ ਤੋਂ ਥੋੜ੍ਹਾ ਬਚ ਕੇ ਰਿਹਾ ਕਰੋ, ਠੱਗੀਆਂ ਨਾ ਮਰਵਾਇਆ ਕਰੋ। ਸੋ ਵੀਡੀਓ ਨੂੰ ਕਿੱਦਾਂ ਲਈ ਲੱਗੀ ਤੁਹਾਨੂੰ, ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ, ਅਤੇ ਸਾਥ ਵਿੱਚ ਹੀ ਘੰਟੀ ਨੂੰ ਦਬਾ ਦਿਓ। ਧੰਨਵਾਦ ਜੀ।